ਇੰਡਸਟਰੀਕਾਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਐਨਆਰਆਈ ਵੋਲਟ ਦੀ ਐਚਡੀਐਸ ਖਾਸ ਪੇਸ਼ਕਸ਼ ਦੇ ਵਿੱਚ ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ ਕੈਨੇਡਾ ਦੇ ਪਹਿਲੇ ਸਿੱਖ ਸੰਸਦ ਮੈਂਬਰ ਆਨਰੇਬਲ ਗੁਰਬਖ ਸਿੰਘ ਮੱਲੀ ਨੂੰ ਸਨਮਾਨਿਤ ਕਰਨ ਲਈ ਬ੍ਰੈਂਟਨ ਸਿਟੀ ਵੱਲੋਂ ਰੈਪਸੋਡੀ ਪਾਰਕ ਦਾ ਨਾਮ ਬਦਲ ਕੇ ਗੁਰਬਖ ਸਿੰਘ ਮੱਲੀ ਪਾਰਕ ਰੱਖ ਦਿੱਤਾ ਗਿਆ ਹੈ ਇਸ ਦੀ ਅਫੀਸ਼ੀਅਲ ਸੈਰੇਮਨੀ ਦੌਰਾਨ ਗੁਰਬਖ ਸਿੰਘ ਮੱਲੀ ਬ੍ਰੈਂਟਨ ਮੇਅਰ ਪੈਟਰਿਕ ਬ੍ਰਾਊਨ ਸਣੇ ਕਈ ਸਿਟੀ ਕੌਂਸਲਰਸ ਵੀ ਹਾਜ਼ਰ ਰਹੇ ਜਿਨ੍ਹਾਂ ਨੇ ਮੁਬਾਰਕਬਾਦ ਦਿੱਤੀ ਜ਼ਿਕਰਯੋਗ ਹੈ ਕਿ ਗੁਰਬਖ ਸਿੰਘ ਮੱਲੀ ਸਨ 1993 ਦੇ ਵਿੱਚ ਕੈਨੇਡਾ ਵਿੱਚ ਪਹਿਲੇ ਸਿੱਖ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਐਨਏ ਗੁਰਬਖ ਮੱਲੀ जो उन्नीस सौ तिरानवे में पहली बार ब्राह्मली गोर माल्टन तो मैंबर पार्लीमेंट चुने गए सन। सनते उन्होंने पहले दस्तारधारी मैंबर पार्लीमेंट बन के इतिहास में अपना दर्ज करवाया गुरबख्शमली लगातार अठारह साल तक मैंबर पार्लीमेंट रहे ऐसे उन्होंने माण बख्शन सिटी ऑफ ब्राह्मटन वलों बर्लवुड रोड से स्थित पाक ना गया ਤੇ ਹੁਣ ਇਸ ਪਾਕ ਦਾ ਨਾ ਆਨਰੇਬਲ ਗੁਰਬਖਸ਼ ਸਿੰਘ ਮੱਲੀ ਪਾਕ ਰੱਖਿਆ ਗਿਆ ਜਿਸ ਦਾ ਪਹਿਲਾ ਨਾ ਰੈਪਸੋਡੀ ਪਾਕ ਸੀ ਇਸ ਰੀਨੇਮਿੰਗ ਮੌਕੇ ਇੱਕ ਖਾਸ ਸਮਾਗਮ ਵੀ ਉਲੀਕਿਆ ਗਿਆ ਸੀ ਜਿੱਥੇ ਸਿਟੀ ਆਫ ਬ੍ਰੈਂਪਟਨ ਤੋਂ ਮੇਅਰ ਪੈਟਰਿਕ ਬ੍ਰਾਊਨ ਸਿਟੀ ਕਾਉਂਸਲਰ ਗੁਰਪ੍ਰੀਤ ਟੈਲੋਂ ਰੀਜਨਲ ਕਾਉਂਸਲਰ ਹਰਕੀਰਤ ਸਿੰਘ 온ਟਾਰੀਓ ਲਿਬਰਲ ਲੀਡਰ ਡੈਲ ਡੂਕਾ ਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ ਮੈਂ ਸਿਟੀ ਆਫ ਬ੍ਰੈਂਪਟਨ ਦਾ ਸਾਰੇ ਸਿਟੀ ਕੌਂਸਲਰ ਦਾ ਰੀਜਨਲ ਕੌਂਸਲਰ ਦਾ ਮੇਅਰ ਆਫ ਬ੍ਰਿੰਟਨ ਦਾ ਤਾਂ ਨਵਾਦ ਕਰਦਾ ਜਿਨ੍ਹਾਂ ਨੇ ਅੱਜ ਜਿਹੜਾ ਸਿਟੀ ਦੇ ਵਿੱਚ ਬ੍ਰਿੰਟਨ ਸਿਟੀ ਦੇ ਵਿੱਚ ਪਾਰਕ ਦਾ ਨਾਮ ਜਿਹੜਾ ਮੇਰੇ ਨਾਂ ਤੇ ਆਨਰੇਬਲ ਗਰਵਖ ਸਿੰਘ ਮਲ ਲਈ ਆਨਰੇਬਲ ਗਰਵਖ ਸਿੰਘ ਮਲ ਲਈ ਪਾਰਕ ਦਾ ਨਾਮ ਦਿੱਤਾ ਇਸ ਦੇ ਨਾਲ ਮੇਰਾ ਹੀ ਨੇ ਇਸ ਸਮੁੱਚੇ ਭਾਈਚਾਰੇ ਦਾ ਨਾਮ ਉੱਚਾ ਹੋਇਆ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਅਨੁਰੋਧ ਕਰਦਾ ਕਿ ਤਾਂ ਹੀ ਸੰਭ ਹੋ ਸਕੇ ਕਿ ਸਾਰੇ ਨੇ ਮੈਨੂੰ 6 ਹੋਰ ਮੈਂਬਰ ਪਾਰਲੀਮੈਂਟ ਬਣਾਇਆ ਔਰ ਪਾਰਲੀਮੈਂਟ ਸੈਕਟਰੀ ਟੂ ਮਿਨਿਸਟਰ ਆਫ ਲੇਬਰ ਇੰਡਸਟਰੀ ਹਿਊਮਨ ਰਾਈਟਸ ਲੇਬਰ ਸਾਰਾ ਤਾਂ ਹੀ ਸੰਭ ਹੋ ਸਕੇ ਆਸ ਕਰਦਾ ਕਿ ਸਾਰੇ ਇਸ ਨੂੰ ਪ੍ਰੋਬਲਮ ਸੋਲਵ ਕਰੋਗੇ ਜਿਹੜਾ ਕਿ ਬ੍ਰੈਂਟਨ ਦੇ ਉੱਚਾ ਸਿਟੀ ਨੇ ਜਿਹੜਾ ਬੜਾ ਵੱਡਾ ਸਤਿਕਾਰ ਦਿੱਤਾ ਇਜਤਿਮਾਮ ਦਿੱਤਾ ਇਹਦੇ ਨਾਲ ਮੇਰਾ ਹੀ ਨੇ ਸਮੁੱਚੀ ਕਮਿਊਨਿਟੀ ਦਾ ਸਤਿਕਾਰ we're there jiri is good to honor it in this way home park naming hatia and uh, we just hope to see the community work together and jiri gregor Malik malikoskar get to see their contributions uh, increase in the city of brampton and canada Bramley. ਏਅਰਪੋਰਟ ਗੋਰਵੇ ਐਂਡ ਕੰਟਰੀ ਸਾਈਡ ਦੇ ਉੱਪਰ ਉਹ ਪਾਰਕ ਦਾ ਨਾਮ ਗੁਰਵਾਕ ਸਿੰਘ ਮੱਲੀ ਦੇ ਨਾਮ ਦੇ ਉੱਤੇ ਰੱਖਿਆ ਇਹ ਪਿਛਲੇ 20 ਸਾਲਾਂ ਤੋਂ ਸਾਡੇ ਫਰੈਂਡ ਵੀ ਨੇ ਤੇ ਮੈਂ ਇਸ ਕਮਿਊਨਿਟੀ ਦੇ ਵਿੱਚ ਰਹਿਣਾ ਸਾਡੀ ਇੱਕ ਐਸੋਸੀਏਸ਼ਨ ਹੈ ਜਿਹਨੂੰ ਅਸੀਂ ਬੁਵੇਲੀਅਨ ਫੈਮਿਲੀ ਕਾਨਿਆ 90 ਹਾਊਸਿਸ ਨੇ ਸਾਰੇ ਬੜੇ ਗਲੈਡਲੀ ਸਾਨੂੰ ਇਟਸ ਆਵਰ ਆਨਰ ਥੈਟ ਵੀ ਆਰ ਹਿਅਰ ਐਂਡ ਵੀ ਆਰ ਵੈਲਕਮਿੰਗ ਈਚ ਐਂਡ ਐਵਰੀ ਵਨ ਆਫ ਅਸ ਸੋ ਇ ਪਾਰਕ ਅਸੀਂ ਹੁਣ ਖਿਆਲ ਰੱਖਾਂਗੇ ਕਿ ਇਹਨਾਂ ਦੀ ਮੇਨਟੇਨੈਂਸ ਵੀ ਚੰਗੀ ਹੋਵੇ ਕਿਉਂਕਿ ਜੇ ਮੇਨਟੇਨੈਂਸ ਨਾ ਹੋਇਆ ਤਾਂ ਉਹਦੇ ਨਾਲ ਫਿਰ ਪਾਰਕ ਦਾ ਨਾਮ ਵੀ ਬਦਨਾਮ ਹੁੰਦਾ ਸੋ ਅਸੀਂ ਆਪਣੀ ਕਮਿਊਨਿਟੀ ਦੇ ਵੱਲੋਂ ਹੀ ਇਸ ਪਾਰਕ ਨੂੰ ਮੇਨਟੇਨੈਂਸ ਕਰਾਂਗੇ ਇਸ ਏਰੀਆ ਦੇ ਵਿੱਚ 18 ਸਾਲ ਐ ਏਐਮਪੀ ਰਏ ਆ ਤੇ ਕੈਨੇਡਾ ਦੇ ਫਰਸਟ ਤਰਬੰਦ ਸਰਦਾਰ ਐਮਪੀ ਸਨ ਤੇ ਇਹ ਰੋਲ ਮਾਡਲ ਸੀਗੇ ਇਹਨਾਂ ਨੇ ਗਰਾਉਂਡਬ੍ਰੇਕ ਕੀਤਾ ਦਾਹ ਹੋਰ ਪੰਜਾਬੀ ਪੋਲੀਟੀਸ਼ੀਅਨਸ ਵਾਸਤੇ ਮਿਨਿਸਪਲ ਲੈਵਲ ਤੇ provincial te federal level te and so uh, it was an honor for a city uh, to name garbhak singh malli park te ohna nu congratulate karda bahut jade inna de jhede supporter si ge inna di team si jinna ne bahut mehnat kiti si ge early 90s de vich inna nu banawan vaste oh vi ajj itthe ponche ohna da vi tahedo assi dhanwad karde ha ajj eh sade layi bahut maan wali gal hai ki sade maan yog sardar garbhak singh malli ji jinna de naam te eh park da naam rakha gaya hai eh saryan layi bahut hi maan wali ਵਾਲੀ ਗੱਲ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਅੱਜ ਤੋਂ 10 ਸਾਲ 20 ਸਾਲ 50 ਸਾਲਾਂ ਨੂੰ ਵੀ ਜਦੋਂ ਦੇ ਨਵੀਆਂ ਜਨਰੇਸ਼ਨਸ ਆ ਕੇ ਦੇਖਣ ਗਿਆ ਕਿ ਉਹਨਾਂ ਦੇ ਕਿਸੇ ਵੱਡ ਵਡੇਰੇ ਦੇ ਨਾਮ ਤੇ ਇਸ ਪਾਰਕ ਦਾ ਨਾਮ ਰੱਖਿਆ ਗਿਆ ਇਹ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ ਆਈ ਵਾਂਟ ਟੂ ਸੇ ਥੈਂਕ ਯੂ ਟੂ ਦ ਸਿਟੀ ਆਫ ਬ੍ਰੈਂਟਨ ਅਮ ਫॉर ਨੇਮਿੰਗ ਦਿਸ ਪਾਰਕ ਇਨ ਇਨ ਮਾਈ ਡਾਂਸ ਆਨਰ ਐਂਡ ਫॉर ਰੈਕਗਨਾਈਜ਼ਿੰਗ ਹਿਸ ਵਰਕ ਐਸ ਅ ਟ੍ਰੇਲ ਬਲੇਜ਼ਰ ਇਨ ਦੀ ਪੋਲੀਟੀਕਲ ਸੈਕਟਰ ਅਮ ਸੋ ਥੈਂਕ ਯੂ ਅਗੇਨ ਟੂ ਦ ਸਿਟੀ ਆਫ ਬ੍ਰੈਂਟਨ ਥੈਂਕ ਯੂ ਟੂ ਐਵਰੀਬਾਡੀ ਹੂ ਇਜ਼ ਵਾਚਿੰਗ ਜਿਨ੍ਹਾਂ ਨੇ ਸਾਡੇ ਹਮੇਸ਼ਾ ਸਾਡੇ ਪਰਿਵਾਰ ਦਾ ਸਾਥ ਤੇ ਤਾ ਸੋ ਤੁਹਾਡੇ ਕਰਕੇ ਤੁਹਾਡੇ ਸਾਥ ਦੇ ਕਰਕੇ ਤੁਹਾਡੀ ਸਪੋਰਟ ਦੇ ਕਰਕੇ ਇੱਥੇ ਤਾਈ ਪਹੁੰਚੇ ਆ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਰਨਾ ਚਾਹਨੀ ਆ ਸਾਡੇ ਇਹ ਜਿਹੜੇ ਲੀਜੈਂਡਰੀ ਲੋਕ ਨੇ ਜਿਹੜੇ ਸਾਡੇ ਪਾਥ ਫਾਇੰਡਰਸ ਨੇ ਜਿਨ੍ਹਾਂ ਨੇ ਪਾਥ ਸੈੱਟ ਕੀਤਾ ਸਾਡੀ ਆਉਣ ਵਾਲੀਆਂ ਜਨਰੇਸ਼ਨਜ਼ ਲਈ ਪੋਲਿਟਿਕਸ ਦੇ ਵਿੱਚ ਤੇ ਆਰਟ ਵਿੱਚ ਜਾ ਕੇ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਹੈ ਔਰ ਉਹਨਾਂ ਦੀ ਫੈਮਿਲੀ ਉਹ ਇੱਥੇ ਰਹਿ ਰਹੇ ਨੇ ਤੇ ਉਹ ਬੜਾ ਅੱਛਾ ਉਹਨਾਂ ਦੇ ਨਾਂ ਤੇ ਪਾਰਕ ਦਾ ਨਾਂ ਰੱਖਿਆ ਗਿਆ ਤੇ ਇੱਕ ਵਾਰੀ ਮੈਂ ਸਾਰੀ ਕਮਿਊਨਿਟੀ ਨੂੰ ਫੇਰ ਤੇ ਸਿਟੀ ਕਾਉਂਸਲ ਨੂੰ ਇਹਦੀ ਵਧਾਈ ਦੇਣਾ ਜੀ ਮੈਂ ਸਰਦਾਰ ਗੁਰਬਖਸ਼ ਸਿੰਘ ਜੀ ਦੇ ਨਾਲ ਪਹਿਲੇ ਦਿਨ ਤੋਂ ਜੇਸ ਵੇਲੇ ਪਹਿਲੇ ਐਮਪੀ ਸਿੱਖ ਐਮਪੀ ਬਣੇ ਸੀ ਉਸ ਵੇਲੇ ਦਾ ਇਹਨਾਂ ਦੇ ਨਾਲ ਹੈ ਮੈਨੂੰ ਬੜਾ ਮਾਣ ਹੈ ਮੋਗੇ ਤੋਂ ਚੱਲ ਕੇ ਆਏ ਔਰ ਆ ਕੇ ਸਟ੍ਰਗਲ ਕੀਤੀ ਔਰ ਇੱਕ ਲੇਨ ਬਣاتی ਅੱਜ ਦੇ ਜਿਹੜੇ ਨੌਜਵਾਨ ਪੰਜ ਐਮਪੀ ਨੇ ਇਹ ਪੰਜ ਐਮਪੀ ਵੀ ਨੇ ਜਾਂ ਵੈਨਕੂਵਰ ਦੇ ਵਿੱਚ ਨੇ ਉਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗਾ ਇੱਕ ਸਿੱਖ ਪਹਿਲਾ ਸਿੱਖ ਕੈਨੇਡਾ ਦੇ ਵਿੱਚ ਇਤਿਹਾਸ ਲਿਖਦਾ ਹੈ ਔਰ ਪਾਰਲੀਮੈਂਟ ਸੈਕਟਰੀ ਬਣਦੇ ਨੇ ਪਾਲ ਮਾਰਟਨ ਦੇ ਨਾਲ ਵੀ ਤੇ ਜான் ਕ੍ਰਿਸਚਨ ਦੇ ਨਾਲ ਵੀ ਦੋ ਪ੍ਰਾਈਮ ਮਿਨਿਸਟਰਾਂ ਦੇ ਨਾਲ ਇਹਨਾਂ ਨੇ ਆਪਣਾ ਟਾਈਮ ਕੱਢਿਆ ਇਹਨਾਂ ਨੇ ਗੁਰੂ ਕਰਨ ਦਾ ਸਹਾਰਾ ਲੈ ਕੇ ਪਾਰਲੀਮੈਂਟ ਦੇ ਵਿੱਚ ਬਸਾਖੀ ਮਨਾਣੀ ਸ਼ੁਰੂ ਕਰਤੀ ਔਰ ਉਸ ਵੇਲੇ ਜਿਹੜਾ ਵੀ ਪ੍ਰਾਈਮ ਮਿਨਿਸਟਰ ਆਪੋਜੀਸ਼ਨ ਜਿਹੜੇ ਵੀ ਹੁੰਦੇ ਸੀ ਸਾਰੇ ਉੱਥੇ ਆਉਂਦੇ ਇਹਨਾਂ ਨੇ ਬੜੀ ਕੰਟਰੀਬਿਊਸ਼ਨ ਕੀਤੀ ਇਹਨਾਂ ਨੂੰ ਅੱਜ ਦੇ ਦਿਨ ਮੈਂ ਵਧਾਈ ਦਿੰਦਾ ਹਾਂ ਸਰਦਾਰ ਗੁਰਬਖਸ਼ ਸਿੰਘ ਮੱਲੀ ਨੂੰ ਔਰ ਆਸ਼ਾ ਕਰਦਾ ਹੈ ਕਿ ਜਿਹੜੇ ਅੱਜ ਦੇ ਨਵੇਂ ਐਮਪੀ ਆਏ ਨੇ ਉਹ ਵੀ ਇਹਨਾਂ ਦੇ ਕਦਮਾਂ ਦੇ ਵਿੱਚ ਪਿੱਛੇ ਪਿੱਛੇ ਚੱਲਣ ਜਿਨ੍ਹਾਂ ਦੀ ਦੇਣ ਜਿੱਥੇ ਸਿੱਖ ਸਮਾਜ ਨੂੰ ਕੈਨੇਡੀਅਨ ਸੋਸਾਇਟੀ ਨੂੰ ਪੰਜਾਬੀਅਤ ਨੂੰ ਸਾਊਥ ਏਸ਼ੀਅਨ ਭਾਈਚਾਰੇ ਨੂੰ ਬਹੁਤ ਵੱਡੀ ਦੇਣ ਸੀ ਉਹਨਾਂ ਨੂੰ ਸਮਰਪਿਤ ਇਹ ਪਾਰਕ ਦਾ ਨਾਮ ਰੱਖ ਕੇ ਬ੍ਰੈਮਲੀ ਗੋਰਮਾਰਠੰਡੇ ਉਹ ਪਹਿਲੇ ਮੈਂਬਰ ਪਾਰਲੀਮੈਂਟ ਜੋ ਪਗੜੀ ਧਾਰੀ ਦਸਤਾਰ ਸਹਿਤ ਪਹਿਲੇ ਮੈਂਬਰ ਪਾਰਲੀਮੈਂਟ ਆਊਟ ਆਫ ਇੰਡੀਆ ਇਲੈਕਟ ਹੋਏ ਸਨ ਜਿਨ੍ਹਾਂ ਨੇ ਆਪਣੀ ਕਾਰਜਕਾਲ ਦੇ ਵਿੱਚ ਤਕਰੀਬਨ 18 ਸਾਲ ਮੈਂਬਰ ਪਾਰਲੀਮੈਂਟ ਰਹਿ ਕੇ ਹਰ ਉਸ ਵਿਅਕਤੀ ਦੇ ਡਾਕਟਰ ਕੁਲਵੰਤਾਂ ਜਾਈ ਜਿਹੜਾ ਵੀ ਇਹਨਾਂ ਨੂੰ ਰਾਤਪੁਰ ਦੇ ਕਿਸੇ ਸਮੇਂ ਵੀ ਮਿਲਣ ਆਇਆ ਭਾਵੇਂ ਸਪੋਰਟਸ ਦਾ ਖੇਤਰ ਹੋਵੇ ਭਾਵੇਂ ਧਾਰਮਿਕ ਖੇਤਰ ਹੋਵੇ ਭਾਵੇਂ ਸੋਸ਼ਲ ਖੇਤਰ ਹੋਵੇ ਭਾਵੇਂ వ్యక్తిగత तौर ते हर एक दी मदद ਕੀਤੀ ఇన్సే సమయ తో మల్లి Saab ਇਸ కమ్యూనిటీ ది సేవా కర్ రహయా తే రిటైర్మెంట్ తో baad vi ఉన్న ది సేవా వలన్ రిటైర్మెంట్ నహీ హోయీ సో ਅੱਜ ਦਾ ਇਕੱਠ ਇੱਥੇ ਦੇਖ ਕੇ ਤੁਹਾਨੂੰ ਮਹਿਸੂਸ ਮਾਣ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਪਾਰਕ ਫਾਈਨਲੀ ਗਰਬਕਸਿੰਗ ਮల్లి ਦੇ ਨਾਂ ਤੇ ਸਥਾਪਿਤ ਕੀਤੀ ਹੈ ਉਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਮల్లి Saab ਨੂੰ ਬਹੁਤ ਬਹੁਤ ਵਧਾਈਆਂ ਜੀ ਆਈ ਬਿਲੀਵ ਦਿਸ ਇਜ਼ ਅ ਗ੍ਰੇਟ ਅਚੀਵਮੈਂਟ ਫਾਰ ਅਸ ਵੇਅਰ ਵੀ ਕੈਨ ਸੀ ది ਰਿਕੋਗਨੀ from our elected members or member of community to be recognized on the name as a on as a park name on his name i think it's a great achievement for the community and in the coming days we will make bigger histories like this one gurbaksh malli ne minorities lay canadian parliament de darwaze khole te ohna di is shuruaat de naal hi eh silsila jari hai गुरबख्श मलिंग मान बख्शन के नवेकले उपराले की शलाघा की जा रही है कैमरामैन मनेंद्र जैसल जसलीन कालरा पीटीसी न्यूज़ ब्रैमटन कनाडा ਪੈਂਡੈਮਿਕ ਤੋਂ ਬਾਅਦ ਲਾਈਵ ਕਾਨਸਰਟਸ ਅਤੇ ਇਨ ਪਰਸਨ ਮੀਟ ਐਂਡ ਗ੍ਰੀਟ ਇਵੈਂਟਸ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਦੇ ਚੱਲਦਿਆਂ ਇੰਡੀਅਨ ਰਿਐਲਿਟੀ ਸ਼ੋ ਇੰਡੀਅਨ ਆਈਡਲ ਸੀਜ਼ਨ 12 ਦੇ ਟਾਪ 4 ਵਿਨਰਸ ਵੈਂਕੂਵਰ ਪਹੁੰਚੇ ਜਿੱਥੇ ਉਨ੍ਹਾਂ ਨੇ ਵੈਂਕੂਵਰ ਸਿਵਿਕ ਥੀਏਟਰ ਦੇ ਵਿੱਚ ਆਪਣਾ ਸ਼ੋ ਕੀਤਾ ਤੇ ਆਪਣੀ ਪਰਫਾਰਮੈਂਸਿਸ ਰਾਹੀਂ ਲੋਕਾਂ ਦਾ ਦਿਲ ਜਿੱਤਿਆ ਇਸ ਸ਼ੋ ਤੋਂ ਪਹਿਲਾਂ ਆਰਗੇਨਾਈਜ਼ਰਸ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਸੰਗੀਤ ਉਹ ਪਾਸ਼ਾ ਹੈ ਜੋ ਸਾਰਿਆਂ ਨੂੰ ਦਿਲਾਂ ਦੇ ਨਾਲ ਜੋੜਦੀ ਹੈ ਪਾਸ਼ਾ ਸਮਝ ਆਏ ਜਾਂ ਨਾ ਆਏ ਦਿਲਾਂ ਨੂੰ ਸਕੂਨ ਜ਼ਰੂਰ ਦੇ ਜਾਂਦੀ ਏ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੋ ਸੰਗੀਤ ਦੀ ਪਾਸ਼ਾ ਤੁਹਾਡੇ ਦਿਲਾਂ ਤੱਕ ਆਪਣੀ ਦਸਤਕ ਦੇ ਹੀ ਦਿੰਦੀ ਏ ਅਜਿਹਾ ਹੀ ਕੁਝ ਕਰ ਵਿਖਾਇਆ ਇੰਡੀਅਨ ਆਈਡਲ ਦੇ ਕਲਾਕਾਰਾਂ ਨੇ ਜਿਨ੍ਹਾਂ ਨੇ ਨਾ ਸਿਰਫ ਹਿੰਦੁਸਤਾਨ ਬਲਕਿ ਦੁਨੀਆ ਭਰ ਦੇ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੇ ਵਿੱਚ ਆਪਣੀ ਥਾਂ ਬਣਾਈ ਹੈ ਮਿਡਾ ਪ੍ਰੋਡਕਸ਼ਨਸ ਤੇ ਗੁਰਿੰਦਰ ਸੋਢੀ ਵੱਲੋਂ ਇੰਡੀਅਨ ਆਈਡਲ ਦੇ ਟੌਪ 4 ਵਿਨਰਸ अरुणिता कांजिलाल मोहम्मद दानिश साइली कांबले ते विनर पवनदीप राजन ਦੇ ਵਿਦੇਸ਼ੀ ਕਾਂਸਰਟਸ ਆਰਗੇਨਾਈਜ਼ ਕਰਵਾਏ ਜਾ ਰਹੇ ਨੇ ਪਹਿਲਾ ਲੰਡਨ ਤੇ ਹੁਣ ਕੈਨੇਡਾ ਦਾ ਟੂਰ ਚੱਲ ਰਿਹਾ ਹੈ ਵੇਛੇ ਸਿਖਨ ਮੋਚ ਕੋਰ ਦਿਉ ਮੇਰੂ ਸਾਥ ਮਿਆ ਨਿਭਾਈ ਜਾਨੋ साइली कैसा लग रहा है पहले तो कनाडा आके इट इज़ अ डिफरेंट फीलिंग रही बहुत 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 ज़्यादा अच्छा लग रहा है अभी बिलीव हो रहा है कि फाइनली कनाडा आ गए बिकॉज मैं सच्ची बोलूँ तो ये सबकी मेहनत और भगवान की जो एक सब मिल के आया इसीलिए हम लोग आज आ जा आए ऐसे सिचुएशन में भी तो बहुत ज़्यादा अच्छा लग रहा है एंड आई एम लुकिंग फॉर्वर्ड टू परफॉर्म कैसा लग रहा है अभी मतलब कनाडा में इतनी सारी जगह में जाके परफॉर्म करना है एक्साइटमेंट है नर्वसनेस है क्या है फीलिंग बहुत ज़्यादा एक्साइटमेंट है और एक्साइटमेंट इतनी है कि नर्वसनेस के लिए जगह नहीं है एक्चुअली हम 15 आवर्स का फ्लाइट करके आए मैं सोई नहीं हूँ मेरी आवाज़ इज लाइक डेड अभी मैं जाके सोऊंगी तो आई फील बेटर तो अभी बहुत ज़्यादा एक्साइटमेंट है थैंक यू साइली ऑल द बेस्ट फॉर द कॉन्सर्ट कॉन्सर्टना ਕੀ ਜੈ ਮੇਰੇ ਆਈਡਲ ਹੈ ਅਰਜੀਤ ਦਾ ਔਰ ਉਨਕੋ ਮੈਂ ਬਹੁਤ ਮੰਨਤਾ ਹੂੰ ਬਹੁਤ ਕਮਾਲ ਕੇ ਇਨਸਾਨ ਹੈ ਉਹ ਪਹਿਲੇ ਤੋਂ ਔਰ ਉਸਕੇ ਬਾਅਦ ਬਹੁਤ ਕਮਾਲ ਕੇ ਸਿੰਗਰ ਹਾਲ ਹੀ ਦੇ ਵਿੱਚ ਇੱਕ ਕਲਾਕਾਰ ਪ੍ਰੈਸ ਕਾਨਫਰੈਂਸ ਦੇ ਰਾਹੀਂ মিডিਆ ਦੇ ਰੂਬਰੂ ਹੋਏ ਜਿੱਥੇ ਇਹਨਾਂ ਕਲਾਕਾਰਾਂ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਸੁਪਨੇ ਸੱਚ ਹੁੰਦੇ ਨਜ਼ਰ ਆ ਰਹੇ ਨੇ